ਪੰਜਾਬ ਦੀ ਸਿਆਸਤ ਵਿੱਚ ਆਏ ਦਿਨ ਕੋਈ ਨਾ ਕੋਈ ਨਵਾਂ ਭੂਚਾਲ ਆ ਰਿਹਾ। ਜਦ ਤੱਕ ਲੋਕ ਸਭਾ ਚੋਣਾਂ ਸ਼ੁਰੂ ਨਹੀਂ ਹੁੰਦੀਆਂ ਉਦੋਂ ਤੱਕ ਸ਼ਾਇਦ ਇਸੇ ਤਰ੍ਹਾਂ ਚੱਲਦਾ ਰਹੇਗਾ, ਔਰ ਇਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਿਆਸੀ ਪੱਧਰ 'ਤੇ ਆ ਰਹੀਆਂ ਨੇ ਉਹ ਇਸੇ ਤਰ੍ਹਾਂ ਕਾਇਮ ਰਹਿਣਗੀਆਂ, ਹੋ ਸਕਦਾ ਵੱਧ ਵੀ ਜਾਣ। ਖੈਰ ਗੱਲ ਕਰਦੇ ਹਾਂ ਜਲੰਧਰ ਲੋਕ ਸਭਾ ਹਲਕੇ ਦੀ। ਜਲੰਧਰ ਲੋਕ ਸਭਾ ਹਲਕਾ ਇਸ ਵੇਲੇ ਹੌਟ ਸਪੌਟ ਬਣਿਆ ਹੋਇਆ, ਹੌਟ ਸੀਟ ਬਣਿਆ ਹੋਇਆ, ਔਰ ਇਸ ਹੌਟ ਸੀਟ ਦੇ ਉੱਤੇ ਕੌਣ ਆ ਕੇ ਨਿਤਰੇਗਾ ਇਸ ਉੱਤੇ ਚਰਚਾਵਾਂ ਚੱਲਦੀਆਂ ਪਈਆਂ ਨੇ। ਨਾ ਅਜੇ ਕਾਂਗਰਸ ਨੇ ਐਲਾਣਿਆ ਉਮੀਦਵਾਰ, ਨਾ ਅਜੇ ਆਮ ਆਦਮੀ ਪਾਰਟੀ ਨੇ ਐਲਾਣਿਆ ਉਮੀਦਵਾਰ, ਭਾਜਪਾ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ। ਭਾਜਪਾ ਨੇ ਰਿੰਕੂ ਨੂੰ ਤੋੜਿਆ, ਉਮੀਦਵਾਰ ਐਲਾਨ ਦਿੱਤਾ, ਪਰ ਹੁਣ ਸੁਸ਼ੀਲ ਕੁਮਾਰ ਰਿੰਕੂ ਵੱਡੇ ਦਾਅਵੇ ਕਰਦੇ ਨਜ਼ਰ ਆ ਰਹੇ ਨੇ। ਜਾਣਕਾਰੀ ਮੁਤਾਬਕ ਸੁਸ਼ੀਲ ਕੁਮਾਰ ਰਿੰਕੂ ਕਹਿੰਦੇ ਨੇ ਕਿ ਹੁਣ ਭਾਜਪਾ ਦੇ ਵੱਲੋਂ ਉਮੀਦਵਾਰੀ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਅੱਡੀ ਚੋਟੀ ਦਾ ਜ਼ੋਰ ਲਾਉਣਗੇ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਜਾਵੇ। ਅਤੇ ਇਸ ਵਾਸਤੇ ਸੁਸ਼ੀਲ ਕੁਮਾਰ ਰਿੰਕੂ ਕਹਿੰਦੇ ਇੱਥੇ ਤੱਕ ਵੀ ਕਹਿ ਗਏ ਕਿ ਹੋ ਸਕਦਾ ਕਿ CM ਭਗਵੰਤ ਮਾਨ ਹੀ ਇਸ ਸੀਟ ਦੇ ਉੱਤੇ ਨਿੱਤਰ ਆਉਣ। ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਉਣ ਵਾਸਤੇ ਸ਼ਾਇਦ CM ਭਗਵੰਤ ਮਾਨ ਹੀ ਇਸ ਸੀਟ 'ਤੇ ਨਿੱਤਰ ਆਉਣ, ਹੁਣ ਇਹ ਵੀ ਚਰਚਾਵਾਂ ਚੱਲ ਗਈਆਂ ਨੇ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਲਿਆਂਦਾ ਜਾ ਰਿਹਾ ਹੈ, ਹਾਲਾਂਕਿ ਇਹ ਦਾਅਵੇਦਾਰੀ ਵਿਵਾਦਿਤ ਦੱਸੀ ਜਾ ਰਹੀ ਹੈ। ਇਸ ਦਾਅਵੇਦਾਰੀ ਦੇ ਉੱਤੇ ਕਾਂਗਰਸ ਦੇ ਅੰਦਰ ਹੀ ਖਾਸੇ ਵਿਵਾਦ ਮੱਚੇ ਪਏ ਨੇ, ਪਰ ਦੂਜੇ ਪਾਸੇ ਨਾਮ ਤਾਂ ਚੱਲ ਰਿਹਾ। ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਵਿੱਚ ਕਿਰਾਏ 'ਤੇ ਮਕਾਨ ਲੈ ਲਿਆ ਦਾ, ਵੱਖ ਵੱਖ ਥਾਵਾਂ 'ਤੇ ਜਾ ਕੇ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਨਾਲ, ਵੱਖ ਵੱਖ ਧਰਮਾਂ ਦੇ ਲੋਕਾਂ ਦੇ ਨਾਲ ਮਿਲਦੇ ਗਿਲਦੇ ਨਜ਼ਰ ਆਏ ਨੇ ਚਰਨਜੀਤ ਸਿੰਘ ਚੰਨੀ। ਭਾਵੇਂ ਕਦੀ ਨਮਾਜ਼ ਅਦਾ ਕਰਨ ਚੱਲ ਜਾਂਦੇ ਨੇ ਅਤੇ ਭਾਵੇਂ ਕਦੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਹੇ ਨੇ, ਭਾਵੇਂ ਕਿਸੇ ਡੇਰੇ ਮੱਥਾ ਟੇਕ ਰਹੇ ਨੇ, ਭਾਵੇਂ ਮੰਦਿਰ ਗਿਰਜਾਘਰ ਜਾ ਰਹੇ ਨੇ, ਲਗਾਤਾਰ ਵੱਖ ਵੱਖ ਥਾਵਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ ਦੇ ਫੇਰੇ ਜਿਹੜੇ ਨੇ ਉਹ ਨਜ਼ਰ ਆਉਣ ਲੱਗ ਗਏ ਨੇ। ਅਤੇ ਹੋ ਸਕਦਾ ਇਸੇ ਤੋਂ ਸ਼ਾਇਦ ਸੁਸ਼ੀਲ ਕੁਮਾਰ ਰਿੰਕੂ ਘਬਰਾਏ ਨਜ਼ਰ ਆਉਣ। ਚਰਨਜੀਤ ਸਿੰਘ ਚੰਨੀ ਨੇ ਭਾਵੇਂ ਵਿਧਾਨ ਸਭਾ ਦੇ ਵਿੱਚ ਦੋਵੇਂ ਹਲਕੇ ਹਾਰ ਲਏ ਸੀ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਥੋੜ੍ਹੇ ਸਮੇਂ ਲਈ ਆਏ ਸੀ ਪਰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ, ਖਾਸ ਕਰਕੇ SC ਵਰਗ ਦੇ ਲੋਕ, ਖਾਸ ਕਰਕੇ ਪਛੜੇ ਵਰਗ ਦੇ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਲੋਕ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਵੱਧ ਪਿਆਰ ਦੇ ਰਹੇ ਨੇ, ਰਾਖਵੇਂ ਵਰਗ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਵੱਧ ਪਿਆਰ ਦੇ ਰਹੇ ਨੇ। ਔਰ ਜਲੰਧਰ ਦੀ ਸੀਟ ਤਾਂ ਉਂਝ ਹੀ ਰਾਖਵੀਂ ਸੀਟ ਹੈ, ਇੱਥੇ ਵੋਟਰਸ ਵੱਧ ਤੌਰ ਦੇ ਉੱਤੇ ਰਾਖਵੇਂ ਵਰਗ ਨਾਲ ਤਾਲੁਕ ਰੱਖਦੇ ਨੇ, ਔਰ ਇੱਥੇ ਜੇ ਚਰਨਜੀਤ ਸਿੰਘ ਚੰਨੀ ਨੂੰ ਭਰਵਾਂ ਹੁੰਗਾਰਾ ਨਾ ਮਿਲੇ ਤਾਂ ਫਿਰ ਕਿੱਥੇ ਮਿਲੇ। ਖੈਰ ਜਲੰਧਰ ਦੇ ਨਾਲ ਤਾਲੁਕਾਤ ਚਰਨਜੀਤ ਸਿੰਘ ਚੰਨੀ ਦਾ ਕੋਈ ਨਵਾਂ ਨਹੀਂ ਹੈ, ਪਹਿਲਾਂ ਵੀ ਜਲੰਧਰ ਦੇ ਲੋਕਾਂ ਵਾਸਤੇ ਬਹੁਤ ਕੁਝ ਚਰਨਜੀਤ ਸਿੰਘ ਚੰਨੀ ਕਰਦੇ ਰਹੇ ਨੇ। ਜਦੋਂ ਸਾਬਕਾ ਮੁੱਖ ਮੰਤਰੀ ਰਹੇ ਨੇ ਉਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਲੋਕਾਂ ਵਾਸਤੇ ਬਹੁਤ ਕੁਝ ਕੀਤਾ ਸੀ, ਅਤੇ ਉਸੇ ਦੇ ਮੱਦੇਨਜ਼ਰ ਹੁਣ ਸੁਸ਼ੀਲ ਕੁਮਾਰ ਰਿੰਕੂ ਹੋ ਸਕਦਾ ਹੈ ਕਿ ਪਸੀਨੋ ਪਸੀਨੀ ਹੋ ਰਹੇ ਹੋਣ ਕਿ ਚਰਨਜੀਤ ਸਿੰਘ ਚੰਨੀ ਜੇ ਆ ਗਏ ਤਾਂ ਭਾਜਪਾ 'ਚ ਜਾਣ ਤੋਂ ਬਾਅਦ ਕਿਤੇ ਪੱਤਾ ਤਾਂ ਨਹੀਂ ਕੱਟਿਆ ਜਾਊ। ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਬਾਰੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਜਲੰਧਰ ਦੇ ਵਿੱਚ, ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਕਈ ਇਹੋ ਜਿਹੇ ਵਿਧਾਨ ਸਭਾ ਹਲਕੇ ਜਿਹੜੇ ਆਉਂਦੇ ਨੇ ਉਹਨਾਂ ਦੇ ਵਿੱਚੋਂ ਕੁਝ ਗਿਣੇ ਚੁਣੇ ਚੁਣਿੰਦਾ ਹਲਕੇ ਨੇ, ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਲੋਕ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾ ਸਕਦੇ ਨੇ, ਉਹ ਵੀ ਟੁੱਟਵੀਂ ਵੋਟ ਪਾ ਸਕਦੇ ਨੇ। ਜਦਕਿ ਲੋਕਾਂ ਦਾ ਦਾਅਵਾ ਆ, ਚਿੰਤਕਾਂ ਦਾ ਦਾਅਵਾ ਆ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਪਹਿਲਾਂ ਵਾਂਗ ਮੁਕੰਮਲ ਵੋਟ ਨਹੀਂ ਪੈ ਸਕਦੀ, ਯਾਨੀ ਕਿ ਸੁਸ਼ੀਲ ਕੁਮਾਰ ਰਿੰਕੂ ਹਾਰ ਸਕਦੇ ਨੇ, ਇਹਦੇ ਚਰਚੇ ਵੱਧ ਕਰਕੇ ਨਜ਼ਰ ਆ ਰਹੇ ਨੇ। ਉੱਥੇ ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਕੰਕਰੀਟ ਨੇ, ਕੌਨਫੀਡੈਂਟ ਨੇ, ਕਹਿੰਦੇ ਨੇ ਕਿ ਅਸੀਂ ਬਾਜ਼ੀ ਮਾਰਾਂਗੇ ਐਤਕੀ ਵੀ। ਸ਼ਾਇਦ ਜ਼ਿਮਨੀ ਚੋਣ ਦੇ ਵਿੱਚ ਮਾਰੀ ਗਈ ਬਾਜ਼ੀ ਦੇ ਉੱਤੇ ਸੁਸ਼ੀਲ ਕੁਮਾਰ ਰਿੰਕੂ ਅਜੇ ਜ਼ਿਆਦਾ ਕੌਨਫੀਡੈਂਟ ਨੇ, ਉਹਨਾਂ ਨੂੰ ਲੱਗਦਾ ਕਿ ਉਹ ਲੋਕਾਂ ਨੂੰ ਗ੍ਰੈਬ ਕਰ ਸਕਦੇ ਨੇ। ਪਰ ਚਿੰਤਕ ਕਹਿੰਦੇ ਨੇ ਕਿ ਉਸ ਵੇਲੇ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗ ਗਿਆ ਸੀ, ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਜਿਤਾਉਣ ਦੇ ਪਿੱਛੇ।
ਫਸਮੀ ਟੱਕਰ ਸੀ ਉਸ ਵੇਲੇ ਸੁਸ਼ੀਲ ਕੁਮਾਰ ਰਿੰਕੂ ਅਤੇ ਚੌਧਰੀ ਸੰਤੋਖ ਸਿੰਘ ਦੇ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਵਿਚਾਲੇ। ਕਰਮਜੀਤ ਕੌਰ ਚੌਧਰੀ ਨੂੰ ਸਿੰਪਥੀ ਵੋਟ ਵੀ ਪਈ, ਚੌਧਰੀ ਸੰਤੋਖ ਸਿੰਘ ਦੇ ਬਾਬਤ ਜਿਹੜੀ ਅੱਜ ਤੱਕ ਲੋਕਾਂ ਨੇ ਉਹਨਾਂ ਨੂੰ ਪਿਆਰ ਅਤੇ ਸਤਿਕਾਰ ਦਿੱਤਾ ਉਹ ਵੀ ਵੋਟ ਵੀ ਪਈ, ਹਰ ਇੱਕ ਚੀਜ਼ ਹੋਈ। ਔਰ ਕਾਂਗਰਸ ਜ਼ਿਮਨੀ ਚੋਣ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਉਂਦੀ ਹੈ, ਪਹਿਲੇ ਨੰਬਰ 'ਤੇ ਸੁਸ਼ੀਲ ਕੁਮਾਰ ਰਿੰਕੂ ਬਾਜ਼ੀ ਮਾਰ ਜਾਂਦੇ ਨੇ। ਖੈਰ, ਸੁਸ਼ੀਲ ਕੁਮਾਰ ਰਿੰਕੂ ਬਾਜ਼ੀ ਮਾਰ ਕੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਚਰਨਜੀਤ ਸਿੰਘ ਚੰਨੀ ਐਪੀਸੋਡ ਦੇ ਵਿੱਚ ਆ ਗਏ ਨੇ। ਦੂਜੇ ਪਾਸੇ ਕੀ ਹੋ ਰਿਹਾ ਆਮ ਆਦਮੀ ਪਾਰਟੀ ਵੱਲੋਂ? ਕੀ ਹੋ ਰਿਹਾ ਆਮ ਆਦਮੀ ਪਾਰਟੀ ਵੱਲੋਂ? ਤਾਂ ਸੁਸ਼ੀਲ ਕੁਮਾਰ ਰਿੰਕੂ ਸੀਟ ਤੋੜ ਕੇ, ਉਮੀਦਵਾਰੀ ਤੋੜ ਕੇ ਚੱਲ ਪਏ। ਉਹਨਾਂ ਨੇ ਭਾਜਪਾ ਜੁਆਇਨ ਕਰ ਲਈ, ਭਾਜਪਾ ਜੁਆਇਨ ਕਰਕੇ ਉੱਥੋਂ ਦੇ ਉਮੀਦਵਾਰ ਵੀ ਲੱਗ ਗਏ। ਹੁਣ ਆਮ ਆਦਮੀ ਪਾਰਟੀ ਵਾਲੇ ਕੀ ਕਰਨਗੇ? ਕੀਤਾ ਕਰਾਇਆ ਉਹਦੇ 'ਤੇ ਪਾਣੀ ਫੇਰ ਗਏ। ਹੁਣ ਹੋ ਸਕਦਾ ਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਵੱਡਾ ਚਿਹਰਾ ਲਿਆਂਦਾ ਜਾਵੇ, ਆਮ ਆਦਮੀ ਪਾਰਟੀ ਵੀ ਕਿਸੇ ਵੱਡੇ ਚਿਹਰੇ ਨੂੰ ਉਤਾਰ ਸਕਦੀ ਹੈ। ਔਰ ਸੁਸ਼ੀਲ ਕੁਮਾਰ ਰਿੰਕੂ ਆਪ ਇੱਥੋਂ ਤੱਕ ਘਬਰਾਏ ਪ੍ਰਤੀਤ ਹੋ ਰਹੇ ਨੇ ਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸੀ ਐਮ ਭਗਵੰਤ ਮਾਨ ਨੂੰ ਹੀ ਚੋਣ ਮੈਦਾਨ 'ਚ ਆਉਣਾ ਪਵੇ ਮੇਰੇ ਖਿਲਾਫ। ਯਾਨੀ ਕਿ ਇੱਕ ਪਾਸੇ ਤਾਂ ਇੰਨੇ ਜ਼ਿਆਦਾ ਕੌਨਫੀਡੈਂਟ ਨੇ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ, ਪਰ ਦੂਜੇ ਪਾਸੇ ਇਹ ਵੀ ਸੋਚ ਰਹੇ ਨੇ ਕਿ ਜੇ ਸੀ ਐਮ ਭਗਵੰਤ ਮਾਨ ਆਪ ਹੀ ਨੇਤਾ ਰਹੇ ਫਿਰ ਮੇਰਾ ਕੀ ਬਣੂ। ਖੈਰ, ਇਹ ਦੋਵੇਂ ਚੀਜ਼ਾਂ ਲੱਗਦਾ ਸਾਇਮਲਟੇਨੀਅਸਲੀ ਚੱਲਦੀਆਂ ਪਈਆਂ ਨੇ, ਸਾਈਡ ਬਾਈ ਸਾਈਡ ਚੱਲਦੀਆਂ ਪਈਆਂ ਨੇ। ਸੁਸ਼ੀਲ ਕੁਮਾਰ ਰਿੰਕੂ ਦੇ ਵਿੱਚ ਕੌਨਫੀਡੈਂਸ ਵੀ ਇੰਨਾ ਕਿ ਉਹ ਕਿਸੇ ਨੂੰ ਟਿੱਚ ਨਹੀਂ ਜਾਣ ਰਹੇ, ਉਹਨਾਂ ਦੇ ਵਿੱਚ ਘਬਰਾਹਟ ਵੀ ਇੱਦਾਂ ਦੀ ਪ੍ਰਤੀਤ ਹੋ ਰਹੀ ਹੈ ਕਿ ਉਹਨਾਂ ਨੂੰ ਹੁਣ ਸੀ ਐਮ ਭਗਵੰਤ ਮਾਨ ਆਪ ਚੋਣ ਮੈਦਾਨ 'ਚ ਨਿੱਤਰਦੇ ਨਜ਼ਰ ਆ ਰਹੇ ਨੇ। ਇਹ ਆਉਂਦੇ ਸਮੇਂ 'ਚ ਪਤਾ ਲੱਗੂਗਾ ਕਿ ਆਖਿਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜਾ ਉਮੀਦਵਾਰ ਚੋਣ ਮੈਦਾਨ 'ਚ ਉਤਾਰਿਆ ਜਾਂਦਾ। ਪਰ ਫਿਲਹਾਲ ਚਰਨਜੀਤ ਸਿੰਘ ਚੰਨੀ ਦੇ ਉੱਤੇ ਤਾਂ ਕਥਿਤ ਮੋਹਰ ਲੱਗਦੀ ਨਜ਼ਰ ਆ ਰਹੀ ਹੈ। ਆਉਂਦਾ ਸਮਾਂ ਕੀ ਕੁਝ ਲਿਆਵੇਗਾ ਦੱਸਦੇ ਰਹਾਂਗੇ। ਔਰ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।